ਲੇਕਿਨ ਜਦ ਅਸੀਂ ਡਿਸਕਸ ਕਰਾਂਗੇ ਇਸ ਮੈਟਰ ਨੂੰ ਡਿਸਕਸ ਕਰਾਂਗੇ ਤਾਂ ਫਿਰ ਸਾਨੂੰ ਉਹ ਪੁਆਇੰਟਸ ਲੈਣਾ ਪੈਣਗੇ, ਤੁਸੀਂ ਕੀ ਕੀਤਾ, ਕੀ ਟ੍ਰੀਟਮੈਂਟ ਦਿੱਤੀ, ਔਰ ਟ੍ਰੀਟਮੈਂਟ ਦੇ ਵਿੱਚ ਤੁਸੀਂ ਮੈਡੀਸਨ ਕੀ ਦਿੱਤੀ ਜਾਂ ਥੈਰੇਪੀ ਕੀ ਯੂਜ਼ ਕੀਤੀ। ਉਹਦੇ 'ਚ ਆਹ ਇੱਕ ਲਿਸਟ ਲੱਗੀ ਹੋਈ ਹੈ ਇੱਥੇ, ਮੈਂ ਤੁਹਾਨੂੰ ਲਾਸਟ ਟਾਈਮ ਵੀ ਕਿਹਾ ਸੀ, ਅਸੀਂ ਸਾਡੇ ਜਿਹੜਾ ਬ੍ਰੇਨ, ਅਸੀਂ ਦੋ ਜਣੇ ਜਿਹੜੇ ਆਪਸ 'ਚ ਅਸੀਂ ਇੰਟਰੈਕਟ ਕਰਦੇ, ਜੋ ਅਸੀਂ ਥਿੰਕ ਕਰਦੇ ਹਾਂ ਔਰ ਜੋ ਅਸੀਂ ਫੀਲ ਕਰਦੇ ਹਾਂ, ਦੋ ਚੀਜ਼ਾਂ ਸਾਡੇ ਬ੍ਰੇਨ 'ਚ ਜਨਮ ਲੈਂਦੀਆਂ, ਇੱਕ ਅਸੀਂ ਥਿੰਕ ਕੀਤਾ, ਅਸੀਂ ਇੱਕ ਫੀਲ ਕੀਤਾ। ਜਿਹੜਾ ਅਸੀਂ ਥਿੰਕ ਕਰਦੇ ਹਾਂ ਉਹਦੇ ਨਾਲੋਂ ਕਿਤੇ ਪਾਵਰਫੁੱਲ ਹੁੰਦਾ ਜੋ ਅਸੀਂ ਫੀਲ ਕਰਦੇ। ਉਹ ਪਰਮਾਤਮਾ ਨੇ ਇਹ ਸੁਵਿਧਾ ਕੀਤੀ ਹੋਈ ਹੈ ਕਿ ਅਗਰ ਮੈਂ ਤੁਹਾਡੇ ਬਾਰੇ ਗੁੱਡ ਫੀਲ ਕਰੂੰਗਾ, ਚਾਹੇ ਮੈਂ ਤੁਹਾਡੇ ਨੇੜੇ ਹੈਗਾ ਜਾਂ ਨਹੀਂ ਹੈਗਾ, ਉਹ ਤਰੰਗਾਂ ਤੁਹਾਡੇ 'ਤੇ ਅਸਰ ਕਰਨਗੀਆਂ ਹੀ ਕਰਨਗੀਆਂ, ਇਹ ਮੈਂ ਤਜਰਬਾ ਲੈ ਚੁੱਕਾ। ਜੇ ਮੈਂ ਤੁਹਾਡੇ ਬਾਰੇ ਬੈਡ ਫੀਲ ਕੀਤਾ ਤਾਂ ਉਹ ਤਰੰਗਾਂ ਵੀ ਤੁਹਾਡੇ ਤੱਕ ਪਹੁੰਚ ਜਾਣਗੀਆਂ। ਕਈ ਵਾਰ ਤੁਸੀਂ ਮਹਿਸੂਸ ਕੀਤਾ ਹੋਣਾ ਹੈ ਕਿ ਕਿਸੇ ਬੰਦੇ ਕੋਲ ਜਦ ਤੁਸੀਂ ਜਾਂਦੇ ਹੋ ਅਤੇ ਉਦੋਂ ਬੰਦਾ ਬੋਲ ਰਿਹਾ ਹੁੰਦਾ ਹੈ, ਤੁਹਾਨੂੰ ਪਤਾ ਲੱਗ ਜਾਂਦਾ ਕਿ ਇਹ ਉਹ ਨਹੀਂ ਬੋਲ ਰਿਹਾ, ਇਹ ਕੁਛ ਹੋਰ ਕਹਿ ਰਿਹਾ, ਤੁਹਾਡਾ ਦਿਲ ਉਸ ਨੂੰ ਨਹੀਂ ਮੰਨ ਰਿਹਾ ਹੁੰਦਾ ਤੁਹਾਡੇ, ਕਿਉਂਕਿ ਤੁਹਾਡੇ ਕੋਲ ਤਰੰਗਾਂ ਦੂਜੀਆਂ ਪਹੁੰਚ ਰਹੀਆਂ। ਇਹਨੂੰ ਮੈਂ ਤਜਰਬਾ ਕਰ ਚੁੱਕਾ, ਇਹਦੇ ਕੋਲ ਮੇਰੇ ਕੋਲ ਬਹੁਤ ਸਬੂਤ ਪਏ ਇਸ ਚੀਜ਼ ਦੇ। ਹੁਣ ਜਦ ਤੁਸੀਂ ਆਹ ਚੀਜ਼ਾਂ ਲੈ ਕੇ ਫੀਲ ਕਰਕੇ ਕਿਸੇ ਵੀ ਬ੍ਰੇਨ ਨਾਲ, ਮੈਂ ਬੱਚੇ ਦੀ ਤਾਂ ਗੱਲ ਹੀ ਨਹੀਂ ਛੱਡਦਾ, ਆਪਾਂ ਹਲੇ ਬੇਟੇ ਦੀ ਗੱਲ ਨਹੀਂ ਕਰਦੇ, ਤੁਸੀਂ ਨਾ ਭਾਜੀ ਅਜਮਾ ਕੇ ਦੇਖਿਓ। ਮੈਂ ਇਹ ਚਾਹੁੰਦਾ ਕਿ ਤੁਸੀਂ ਐਕਸਪਰਟ ਬਣ ਜਾਓ ਇਸ ਚੀਜ਼ 'ਤੇ, ਕਿਉਂਕਿ ਬੱਚੇ ਸਾਰਿਆਂ ਦੇ ਸਾਂਝੇ ਹੁੰਦੇ, ਠੀਕ ਹੈ ਨਾ। ਤੁਸੀਂ ਅਜਮਾ ਕੇ ਦੇਖਿਓ ਇਹਨੂੰ ਫੀਲ ਤੋਂ ਬਿਨਾਂ, ਤੁਸੀਂ ਕਿਸ ਨਾਲ ਵੀ ਜੀ ਕੇ ਦੇਖਿਓ, ਉਹ ਬੰਦਾ ਤੁਹਾਨੂੰ ਛੱਡੇਗਾ ਨਹੀਂ, ਉਹ ਕਹੇਗਾ ਤੁਸੀਂ ਰੱਬ ਹੋ, ਤੁਸੀਂ ਜੋ ਮਰਜ਼ੀ ਉਹਨੂੰ ਕਹਿ ਦਿਓ ਉਹੀ ਗੱਲ ਕਰੇਗਾ। ਕਿਹੜੀ ਚੀਜ਼? ਸੁਜੈਸ਼ਨ, ਬ੍ਰੇਨ ਸੁਜੈਸ਼ਨ ਨੂੰ ਡਿਨਾਈ ਕਰਦਾ। ਤੁਸੀਂ ਤਾਂ ਡਾਕਟਰ ਹੋ, ਤੁਸੀਂ ਇੱਕ ਵਾਰ ਸਟੱਡੀ ਕਰਕੇ ਦੇਖੋ ਬੁੱਕਸ ਨੂੰ। ਸੁਜੈਸ਼ਨ ਦੀ ਫੀਲਿੰਗ ਜਿਸ ਵੀ ਇਨਫੋਰਮੇਸ਼ਨ 'ਚ ਹੁੰਦੀ ਹੈ ਬ੍ਰੇਨ ਨੂੰ ਡਿਨਾਈ ਕਰਦਾ। ਪਹਿਲੇ ਪੁਆਇੰਟ ਇੱਥੇ ਆ ਜਾਂਦਾ, ਮੈਂ ਤੁਹਾਨੂੰ ਟੈਕਨੀਕਲ ਪੁਆਇੰਟ ਦੱਸ, ਕਿਉਂਕਿ ਤੁਸੀਂ ਡਾਕਟਰ ਹੋ, ਤੁਹਾਡਾ ਬੋਲਣਾ ਮੈਨੂੰ ਆਸਾਨ ਇਸ ਕਰਕੇ ਲੱਗ ਰਿਹਾ ਹੈਗਾ ਕਿ ਤੁਸੀਂ ਟੈਕਨੀਕਲਟੀਜ਼ ਜਾਣਦੇ, ਠੀਕ ਹੈ ਨਾ। ਦੂਸਰਾ ਇਹ ਚੀਜ਼ ਹੈਗਾ ਕਿ ਜਦ ਅਸੀਂ ਕੁਛ ਐਕਸਪੈਕਟ ਕਰਦੇ ਆਪਣੀ ਫੀਲਿੰਗ ਦੇ ਵਿੱਚ, ਉਹ ਡਿਨਾਈ ਹੋ ਜਾਂਦਾ, ਕਿਉਂਕਿ ਜਿਹੜਾ ਨੋ ਹੈ ਇਹ ਸਾਡੀ DNA ਦੇ ਵਿੱਚ ਬਹੁਤ ਠੋਕ ਠੋਕ ਕੇ ਭਰਿਆ ਹੋਇਆ। ਮਤਲਬ ਸਾਨੂੰ ਸਭ ਤੋਂ ਆਸਾਨ ਕੰਮ ਨੋ ਲੱਗਦਾ, ਨਹੀਂ ਇਹ ਨਹੀਂ ਕਰਨਾ, ਨਹੀਂ ਉਹ ਨਹੀਂ ਕਰਨਾ। ਕੋਈ ਕਰੇਗਾ ਪੀਲਾ ਕਰਦੀ, ਨਹੀਂ ਨਹੀਂ ਪੀਲਾ ਨਹੀਂ, ਇੱਥੇ ਤਾਂ ਹਰਾ ਟੰਗਾ ਲੱਗੇਗਾ। ਲੇਕਿਨ ਉਹਨੇ ਗੱਲ ਕਿੱਥੋਂ, ਤੁਸੀਂ ਨੋਟ ਕਰਕੇ ਦੇਖਿਓ ਗੱਲ ਕਿੱਥੋਂ ਸ਼ੁਰੂ ਹੋਈ, ਨੋ ਤੋਂ ਗੱਲ ਸ਼ੁਰੂ ਹੋਈ, ਕਿਉਂਕਿ ਸਾਨੂੰ ਐਕਸਪੈਕਟੇਸ਼ਨ ਨੂੰ ਡਿਨਾਈ ਕਰਨ ਦੀ DNA 'ਚੋਂ ਆਦਤ ਹੈ। ਸਰ ਫਿਰ ਵੀ
ਅਸੀਂ ਜਿੱਥੇ ਤੱਕ ਕੋਸ਼ਿਸ਼ ਕਰਦੇ ਹਾਂ ਅਸੀਂ ਉਹਨੂੰ ਨਾ ਨਹੀਂ ਕਰਦੇ ਹੈਗੇ, ਅਸੀਂ ਕਹਿੰਦੇ ਚਲੋ ਆਪਾਂ ਕਰਦੇ ਹਾਂ ਚਲੋ ਆ ਜਾਓ ਅਸੀਂ ਕਰਦੇ ਹਾਂ, ਉਹ ਨਾ ਕਰੇਗਾ ਨਾ ਤੁਸੀਂ ਕਿਉਂ ਨਾ ਕਰੋਗੇ, ਨਾ ਤਾਂ ਉਹ ਕਰੇਗਾ, ਤੁਸੀਂ ਤਾਂ ਐਕਸਪੈਕਟ ਕਰ ਰਹੇ ਆ। ਉਹਦੀ ਵੀ ਇੱਕ ਗੱਲ ਹੈ ਨਾ, ਉਹ ਵੀ ਪਤਾ ਕੀ ਕਰੇਗਾ, ਮੈਂ ਕਹਾਂਗੀ ਮੰਮੀ ਕੇ ਕਹੂਗਾ ਹਾਂਜੀ ਮੰਮਾ ਆਇਆ ਮੰਮਾ, ਇਹ ਨਹੀਂ ਕਹੂਗਾ ਮੈਂ ਨਹੀਂ ਕਰਨਾ, ਉਹਨੇ ਕਰਨਾ ਕੰਮ ਚ ਨਹੀਂ ਕਰਨਾ ਪਰ ਉਹ ਨਾ ਨਹੀਂ ਕਰਦਾ। ਤੁਸੀਂ ਅਗਰ ਐਕਸਪੈਕਟੇਸ਼ਨ ਫੀਲ ਕਰਕੇ ਕੀਤਾ ਉਹ ਤੁਹਾਨੂੰ ਯੈਸ ਵੀ ਕਰ ਦੇਗਾ, ਲੇਕਿਨ ਉਹਦਾ ਮਤਲਬ ਨੋ ਹੈ। ਬਟ ਉਹ ਨਾ ਨਹੀਂ ਕਰਦਾ ਸਰ, ਉਹਦੀ ਮੇਰਾ ਪੁਆਇੰਟ ਫੜੋ ਨਾ, ਮੈਂ ਤੁਹਾਨੂੰ ਹਾਂ ਕਰਦਾ ਪਰ ਮੈਂ ਕਰੂੰਗਾ ਨਹੀਂ। ਹਾਂ ਕਰਨਾ ਉਹਦੀ ਜੇ ਆਪਾਂ 4-5 ਵਾਰੀ ਬੋਲ ਦਿੱਤਾ ਜਾਂ ਉਹਦੀ ਮਰਜ਼ੀ ਹੋਊਗੀ। ਹਾਂ ਮੈਂ ਕਰੂੰਗਾ ਨਹੀਂ ਕਿਉਂਕਿ ਮੈਂ ਤੁਹਾਨੂੰ ਨਾ ਕਰਤਾ ਪਰ ਹਾਂ ਕਰਤਾ, ਮੈਂ ਕਰੂੰਗਾ ਨਹੀਂ, ਕਰੂੰਗਾ ਮੈਂ ਕੀ ਜੋ ਇਹਦੇ ਤੋਂ ਬਾਹਰ ਹੋਊਗਾ। ਇਹ ਬਹੁਤ ਬੜਾ ਚੈਪਟਰ ਅੱਜ ਤੇ ਇਹ ਡਾਟਾ ਅਗਰ ਇੱਥੇ ਸਾਰਾ ਮੈਂ ਲਾਇਆ ਹੋਇਆ ਤਾਂ ਮੇਰੀ ਕਈ ਸਾਲ ਦੀ ਰਿਸਰਚ ਤੋਂ ਬਾਅਦ ਮੈਂ ਲਾਇਆ। ਇਹ ਕਾਬੂ ਨਹੀਂ ਆਉਂਦੀ ਗੱਲ, ਇਹ ਆਉਂਦੀ ਨਹੀਂ ਕਾਬੂ। ਤੁਸੀਂ ਇਸ ਇਸ ਚੀਜ਼ ਤੋਂ ਕਿੱਦਾਂ ਬਾਹਰ ਆ ਜਾਓਗੇ ਕਿ ਐਕਸਪੈਕਟ ਕਿਉਂ ਨਾ ਕਰੀਏ ਸਾਡਾ ਨਿਆਣਾ ਹੈ। ਤੁਸੀਂ ਇਸ ਗੱਲ ਦੇ ਨਾਲ ਆਪਣੀ ਇਸ ਸੋਚ ਨਾਲ ਲੜ ਹੀ ਨਹੀਂ ਸਕਦੇ ਕਿ ਸਾਡਾ ਬੱਚਾ ਹੈ, ਅਸੀਂ ਕਿਉਂ ਨਾ ਐਕਸਪੈਕਟ ਕਰੀਏ ਕਿ ਉਹ ਤਰੱਕੀ ਕਰੇ, ਅਸੀਂ ਕਿਉਂ ਨਾ ਐਕਸਪੈਕਟ ਕਰੀਏ। ਠੀਕ ਹੈ ਨਾ, ਮੈਂ ਕਹਿ ਰਿਹਾ ਕਿ ਟਾਰਗੇਟ ਲਓ ਨਾ ਕਿ ਉਹ ਤਰੱਕੀ ਕਰੇ, ਦੋਨਾਂ 'ਚ ਫਰਕ ਹੈ ਨਾ। ਟਾਰਗੇਟ ਲਓ ਨਾ ਉਹ ਕਾਮਯਾਬ ਹੋਏ, ਟਾਰਗੇਟ ਲਓ ਨਾ ਉਹ ਸਟੱਡੀ ਕਰੇ, ਐਕਸਪੈਕਟ ਨਹੀਂ ਨਾ ਕਰ ਸਕਦੇ ਤੁਸੀਂ, ਦੋਨਾਂ 'ਚ ਬਹੁਤ ਜ਼ਿਆਦਾ ਫਰਕ ਹੈ। ਇੱਥੇ ਇਸ ਲਾਈਨ ਦੇ ਵਿੱਚ ਮੈਂ ਟਾਰਗੇਟ ਲਿਖਿਆ, ਮੈਂ ਟਾਰਗੇਟ ਲੈਣਾ ਆ ਜਿਹੜਾ ਪੁਰਾਣੀ ਘੁੰਮ ਰਿਹਾ ਨੈਵਰ ਗੋਨ ਟੂ ਸਕੂਲ, ਆਈ ਟੋਲਡ ਯੂ ਲਾਸਟ ਟਾਈਮ, ਹਿੰਦੀ ਪੰਜਾਬੀ ਬਿਗ ਜ਼ੀਰੋ, ਇੱਕ ਗਾਓਂ ਮੇ ਯੁਵਕ ਨਾਮਕ ਰਵੀ ਰਹਿਤਾ ਥਾ, ਇਹ ਇਹਦੀ ਹਿੰਦੀ ਹੈ। ਅੱਛਾ, ਇਹਨੂੰ ਇਹ ਨਹੀਂ ਪਤਾ ਲੱਗਦਾ ਕਿ ਯੁਵਕ ਨਾਮਕ ਰਵੀ ਰਹਿਤਾ ਥਾ ਨਹੀਂ, ਰਵੀ ਨਾਮਕ ਯੁਵਕ ਲਿਖਣਾ ਹੁੰਦਾ। ਔਰ ਇਹ ਹਰ ਮਹੀਨੇ ਮੈਨੂੰ ਛੱਡ ਕੇ ਭੱਜ ਜਾਂਦਾ, ਪਰਸੋਂ ਚੌਥ ਵੀ ਆਇਆ ਕਹਿੰਦਾ ਮੈਂ ਜਾਣਾ ਚੱਲੇ, ਔਰ 3 ਸਾਲ ਹੋ ਗਏ ਮੇਰੇ ਕੋਲ। ਨਹੀਂ ਫਿਰ ਤੁਸੀਂ ਇਹਨੂੰ ਕੰਟਰੋਲ ਕਿੱਦਾਂ ਕਰਦੇ ਆ ਆਪਣੇ ਆਪ? ਦੈਟਸ ਵਾਟ ਦੈਟਸ ਮੈਂ ਟਾਰਗੇਟ ਲੈਣਾ, ਮੈਂ ਅਗਰ ਮੈਂ ਇਹਦੇ ਤੋਂ ਡਰਾਈਵ ਹੋਣ ਲੱਗ ਗਿਆ ਫਿਰ ਤਾਂ ਕੰਮ ਗੜਬੜ ਹੋ ਜਾਣੀ। ਮੈਂ ਟਾਰਗੇਟ ਲੈ ਕੇ ਚੱਲਦਾ, ਡੇਲੀ ਇੱਕ ਵੀਡੀਓ ਪਾਉਂਦਾ, ਆਪੇ ਬਣਾਉਂਦਾ, ਆਪੇ ਸਟੋਰੀ ਲਿਖਦਾ, ਆਪੇ ਚੜ੍ਹਾਉਂਦਾ, ਕਰੈਕਸ਼ਨ ਮੈਂ ਕਰ ਦਿੰਦਾ ਉਹਦੀ ਹਿੰਦੀ ਦੀ ਜਿਹੜੀ ਲੈਂਗੁਏਜ ਦੀ ਹੈਗੀ। ਡੇਲੀ ਇੱਕ ਵੀਡੀਓ ਪਾਉਂਦਾ, ਕਿਸੇ ਨੂੰ ਪ੍ਰਮੋਟ ਨਹੀਂ ਕਰ ਰਿਹਾ, ਉਹਦੇ ਵਿਊ ਵਧਣੇ ਸ਼ੁਰੂ ਹੋ ਗਏ। ਔਰ ਮੈਨੂੰ ਉਮੀਦ ਹੈ ਕਿ ਇਸ ਸਾਲ 1-1.5 ਲੱਖ ਰੁਪਇਆ ਪਰ ਮੰਥ ਤੱਕ ਬੱਚਾ ਪਹੁੰਚ ਜਾਏਗਾ। ਅਗਰ ਇਹ ਪਹੁੰਚ ਗਿਆ ਤਾਂ ਮੈਨੂੰ ਜਿੱਦਾਂ ਨਿਆਣਿਆਂ ਦਾ ਚਾਅ ਹੁੰਦਾ ਉੱਦਾਂ ਚਾਅ ਹੁੰਦਾ। ਮੈਂ ਇਹ ਤੋਂ ਐਕਸਪੈਕਟ ਨਹੀਂ ਕਰ ਰਿਹਾ, ਮੈਂ ਇਸ ਨਾਲ ਇੱਕ ਬੋਂਡਿੰਗ ਕ੍ਰੀਏਟ ਕੀਤੀ ਹੋਈ ਹੈ, ਮੈਂ ਇਸ ਨਾਲ ਆਪਣੇਪਨ ਦਾ ਐਫੀਨਿਟੀ ਦਾ ਇਮੋਸ਼ਨ ਚਲਾ ਰਿਹਾ ਬਸ। ਕਰੇਗਾ ਕਰੇਗਾ, ਮੈਂ ਬੜੇ ਪਿਆਰ ਨਾਲ ਜਿਵੇਂ ਹੁਣ
ਜਿਵੇਂ ਅੱਜ ਇਹਨੂੰ ਕੀ ਲੱਗਿਆ, ਰਿਜ਼ਲਟ ਆਇਆ ਸੀ ਸਰ, ਇਹਦਾ ਰਿਜ਼ਲਟ ਨਹੀਂ ਆਇਆ, ਆਨਲਾਈਨ ਇਹਦਾ ਨਹੀਂ ਆਇਆ, ਬਾਕੀ ਸਭ ਬੱਚਿਆਂ ਦਾ ਆ ਗਿਆ, ਕਿਉਂਕਿ ਇਹ ਇਹਨੂੰ ਮੈਂ ਦੱਸਿਆ, ਮੈਂ ਕਿਹਾ ਬੇਟਾ ਵੀ ਕੁਛ ਗੱਲ ਨਹੀਂ, ਕੋਈ ਗੱਲ ਨਹੀਂ, ਫੇਲ ਹੋ ਗਿਆ ਤਾਂ ਕੀ ਹੋ ਗਿਆ, ਆਪਾਂ ਦੱਸ ਪੀਜ਼ਾ ਖਾਣਾ ਕੀ ਖਾਣਾ, ਮੈਂ ਆਪਾਂ ਉਹੀ ਲੈ ਕੇ ਆਉਂਦੇ ਹਾਂ, ਬਹੁਤ ਹੀ ਕਰਾਂਗੇ, ਨਹੀਂ ਮੰਮਾ ਤੁਸੀਂ ਨਾ ਮੈਨੂੰ ਟੀਸ ਕਰ ਰਹੇ ਹੋ ਕਿ ਤੁਹਾਨੂੰ ਪਤਾ ਕਿ ਮੈਂ ਫੇਲ ਹੋ ਗਿਆ ਅਤੇ ਤੁਸੀਂ ਮੈਨੂੰ ਕਹਿ ਰਹੇ, ਮੈਂ ਕਿਹਾ ਨਹੀਂ ਮੈਂ ਤਾਂ ਬਿਲਕੁਲ ਵੀ ਦੁਖੀ ਨਹੀਂ ਹੈ, ਮੈਂ ਕਿਹਾ ਫੇਰ ਕੀ ਹੋ ਗਿਆ, ਨਹੀਂ ਪਾਸ ਹੋਏ ਤਾਂ ਆਪਾਂ ਉਸੀ ਕਲਾਸ 'ਚ ਬੈਠ ਜਾਵਾਂਗੇ, ਨਹੀਂ ਮੰਮਾ ਆਪਾਂ ਨਾ ਇੱਕ ਵਾਰੀ ਟੀਚਰ ਨੂੰ ਆਪਾਂ ਰਿਕੁਐਸਟ ਕਰ ਦੇ ਜਾਵਾਂਗੇ, ਆਪਾਂ ਕਹਿੰਦੇ ਹਾਂ ਵੀ ਦੱਸੋ ਵੀ ਮੈਂ ਅੱਗੇ ਤੋਂ ਮਿਹਨਤ ਕਰੂੰਗਾ, ਮੈਂ ਕਿਹਾ ਬੇਟਾ ਵੀ ਉਹ ਪਿਛਲੀ ਵਾਰ ਵੀ ਇੱਦਾਂ ਹੀ ਹੋਇਆ ਸੀਗਾ, ਮੈਂ ਕਿਹਾ ਹੁਣ ਆਪਾਂ ਕਿੰਨੀ ਕੁ ਰਿਕੁਐਸਟ ਕਰਾਂਗੇ, ਮੈਂ ਕਿਹਾ ਟੀਚਰਸ ਨੇ ਥੋੜ੍ਹੀ ਮੰਨਣਾ, ਅਸੀਂ ਤਾਂ ਹੁਣ ਰਿਕੁਐਸਟ ਕਿਸੇ ਤਰ੍ਹਾਂ ਵੀ ਨਹੀਂ ਕਰ ਸਕਦੇ, ਹੁਣ ਤੁਸੀਂ ਦੱਸੋ ਉਹਦਾ ਹੁਣ ਮਾਇੰਡ ਕੀ ਆਇਆ, ਅੱਜ ਉਹਨੇ ਆਪਣੇ ਆਪ ਟੇਬਲ 'ਤੇ ਬਹਿ ਕੇ ਖਾਣਾ ਖਾਧਾ, ਨਹੀਂ ਤਾਂ ਆਪਾਂ ਸੋਫੇ 'ਤੇ ਬਹਿ ਜਾਂਦੇ ਹਾਂ, ਸਾਹਮਣੇ ਟੀ ਵੀ ਲੱਗਿਆ ਹੁੰਦਾ, ਟੀ ਵੀ ਵੀ ਨਹੀਂ ਲਗਾਇਆ, ਆਪਣੀ ਪੇਟ ਚੱਕ ਕੇ ਰੱਖੀ ਹੈ, ਮੈਂ ਆਪਣੇ ਕੱਪ ਰੱਖਿਆ ਹੋਇਆ ਸੀ ਅਤੇ ਇਹਨੇ ਦੁੱਧ ਪੀਤਾ, ਰੈਪਰ ਚੱਕ ਕੇ ਬੀਨ 'ਚ ਪਾਇਆ, ਦੋਨੋਂ ਕੱਪ ਚੱਕ ਕੇ ਕਿਚਨ 'ਚ ਰੱਖੇ ਹੈ, ਮਤਲਬ ਕਿ ਮੈਂ ਇਹ ਦੇਖਦੀ ਹਾਂ ਵੀ ਜੇ ਇਹ ਮੇਰੇ ਬਿਨ ਕਿਸੇ ਕੰਮ ਸੀਗੇ ਜਿਹੜੇ ਮੈਂ ਇਹਨੂੰ ਨਹੀਂ ਕਹਿੰਦੀ, ਜਦ ਇਹਦੇ ਰੈਪਰਸ ਵਗੈਰਾ ਇੱਦਾਂ ਪਏ ਹੁੰਦੇ, ਮੈਂ ਇੱਦਾਂ ਕਹਿੰਦੀ ਸੀ ਬੇਟਾ ਇਹ ਆਪਾਂ ਇੱਥੇ ਹੀ ਰੱਖਣੇ ਸੀਗੇ, ਇਹ ਰੈਪਰਸ ਇੱਥੇ ਹੀ ਰੱਖਣੇ ਆ ਕਿ ਬੀਨ 'ਚ ਪਾਉਣੇ ਆ, ਹਾਂਜੀ ਹਾਂਜੀ ਮੰਮਾ ਬੀਨ 'ਚ ਪਾਉਣੇ, ਚੱਲ ਬੀਨ 'ਚ ਪਾਏ, ਅੱਜ ਬਿਨਾਂ ਖਿੱਚ ਕੇ ਉਹ ਸਭ ਕੰਮ ਆਪਣੇ ਆਪ ਹੋ ਗਿਆ, ਕਿਉਂਕਿ ਉਹਦੇ ਬ੍ਰੇਨ 'ਚ ਇਹ ਹੈ ਕਿ ਮੇਰਾ ਰਿਜ਼ਲਟ ਬਹੁਤ ਖਰਾਬ ਹੈ ਔਰ ਹੁਣ ਮੈਨੂੰ ਮੈਂ ਗੁੱਸਾ ਨਹੀਂ ਕੀਤਾ, ਮੈਂ ਬਿਲਕੁਲ ਵੀ ਗੁੱਸਾ ਨਹੀਂ ਕੀਤਾ, ਨਹੀਂ ਉਹਨੂੰ ਇਹ ਵੀ ਪਤਾ ਕਿ ਮੈਂ ਗੁੱਸਾ, ਅਸੀਂ ਗੁੱਸਾ ਨਹੀਂ ਕਰਾਂਗੇ, ਉਹਨੂੰ ਇਹ ਵੀ ਪਤਾ ਹੈ, ਉਹ ਮਗਰ ਉਹ ਰਿਅਲਾਈਜ਼ ਕਰੇ ਕਿ ਮੇਰੀ ਆਪਣੀ ਗਲਤੀ ਹੈ, ਉਹਨੂੰ ਰਿਅਲਾਈਜ਼ ਹੋ ਰਿਹਾ, ਉਹਨੇ ਕਰ ਜਾਣਾ, ਹਾਂ ਰਿਅਲਾਈਜ਼ ਹੈ ਕਿ ਮੈਂ ਗਲਤੀ ਹੋ ਰਹੀ ਹੈ, ਉਹਨੇ ਕਰ ਜਾਣਾ, ਮਗਰ ਉਹ ਤਾਂ ਸਰ ਇਹ ਗੱਲ ਸਿਰਫ ਇੱਕ ਦੋ ਦਿਨ ਵਾਸਤੇ ਹੈ, ਜਦ ਉਹਨੇ ਦੇਖਿਆ ਪਾਪਾ ਮੰਮੀ ਦਾ ਮੂਡ ਚੇਂਜ ਹੋ ਗਿਆ, ਨਹੀਂ ਹੁਣ ਉਹ ਗੇਮ ਮੈਂ ਕਿ ਉਹਦੇ ਚ ਆਪਾਂ ਛੋਟੇ ਛੋਟੇ ਪੁਆਇੰਟ, ਜੇ ਅਸੀਂ ਇਸ ਡਿਸਕਸ਼ਨ ਤੋਂ ਕੁਝ ਖੱਟਣਾ ਹੈ ਆਪਾਂ ਨੂੰ ਡਿਸਕਸ਼ਨ ਨੂੰ ਬਹੁਤ ਕ੍ਰਿਸਪ ਰੱਖਣਾ ਪਏਗਾ, ਛੋਟੇ ਛੋਟੇ ਪੁਆਇੰਟ, ਇੱਕ ਇੱਕ ਪੁਆਇੰਟ ਇਹ ਤਾਣੇ ਬਾਣਾ ਠੀਕ ਕਰਨ ਵਾਲਾ ਹੈ, ਛੋਟੇ ਛੋਟੇ ਪੁਆਇੰਟ ਆਪਾਂ ਨੂੰ ਚੈੱਕ ਕਰਨੇ ਪੈਣੇ, ਆਪਾਂ ਬਿਲਕੁਲ ਛੋਟੇ ਪੁਆਇੰਟ 'ਚ ਡਿਸਕਸ਼ਨ ਰੱਖਾਂਗੇ, ਹੁਣ ਤੁਸੀਂ ਆਪੇ ਹੀ ਸਾਰੀ ਗੱਲ ਕਹਿਤੀ, ਮੈਨੂੰ ਕਹਿਣ ਦੀ ਲੋੜ ਹੀ ਨਹੀਂ ਪਈ, ਹਾਂਜੀ ਹਾਂਜੀ ਠੀਕ ਹੈ, ਵੀ ਉਹ ਇੱਦਾਂ ਕਰਨ ਲੱਗ ਗਿਆ, ਠੀਕ ਹੈ, ਉਹਨੇ ਇੱਕ ਦਿਨ ਕਿਤਾਬ ਚੱਕ ਲੈਣੀ ਹੈ, ਮੇਰਾ ਆਪਣਾ ਤਜਰਬਾ ਇਹ ਕਹਿੰਦਾ ਪੇਸ਼ੈਂਸ ਬਹੁਤ ਜ਼ਰੂਰੀ ਹੁੰਦੀ, ਇੱਕ ਹੋਰ ਸਭ ਜੀ ਉਹ ਤੁਹਾਡੀ ਪ੍ਰੋਬਲਮ, ਉਹ ਤੁਸੀਂ ਸਾਨੂੰ ਆਪਣੇ ਆਪ ਨੂੰ ਮੈਨੇਜ ਕਰਨਾ ਪੈਣਾ, ਤੁਸੀਂ ਆਪਣੀ ਪ੍ਰੋਬਲਮ ਲੈ ਕੇ ਉਹਦੇ ਕੋਲ ਨਾ ਜਾਓ, ਹਾਂ ਸਾਨੂੰ ਉਹਨੂੰ ਦੇਖਣਾ ਪੈਣਾ ਨਾ ਉਹਦਾ ਕਿੱਦਾਂ, ਆਪਣੀ ਤੁਸੀਂ ਚੀਜ਼ ਲੈ ਕੇ ਉਹਦੇ ਕੋਲ ਜਾਓਗੇ ਤੁਸੀਂ ਆਪਣਾ ਨਿਆਣਾ ਫਸਾ ਦਿਓ, ਸਰ ਟਾਰਗੇਟ ਲਓ ਨਾ, ਸਰ ਤੁਸੀਂ ਆਪਣੀ ਪ੍ਰੋਬਲਮ ਲੈ ਕੇ ਤੁਸੀਂ ਪਰੇਸ਼ਾਨ ਹੋ, ਉਹ ਲੈ ਕੇ ਤੁਸੀਂ ਉਹਦੇ ਕੋਲ ਨਹੀਂ ਨਾ ਜਾ ਸਕਦੇ, ਤੁਹਾਨੂੰ ਟਾਰਗੇਟ ਚੱਕਣਾ ਪੈਣਾ, ਟਾਰਗੇਟ ਤਾਂ ਤੁਸੀਂ ਜਿੱਤ ਗਏ, ਹੌਲੀ ਹੌਲੀ ਉਹਨੇ ਕਿਤਾਬਾਂ ਚੱਕ ਲੈਣੀਆਂ, ਅਗਰ ਤੁਸੀਂ ਸਟੇ ਕੀਤਾ, ਲੇਕਿਨ ਪੇਸ਼ੈਂਸ ਲੈਵਲ ਬੜਾ ਜ਼ਬਰਦਸਤ ਚਾਹੀਦਾ ਇਹਦੇ 'ਚ, ਕਿਉਂਕਿ ਸਾਹਮਣੇ ਚੀਜ਼ ਵਿਗੜਦੀ ਦਿਖ ਰਹੀ ਹੁੰਦੀ ਹੈ, ਠੀਕ ਹੈ, ਔਰ ਇਸ ਸਮਾਜ ਨੇ ਪੜ੍ਹਾਈ ਨਾਲ ਪੈਸੇ ਨਾਲ ਸਮੇਂ ਨਾਲ ਬੰਨਤਾ ਸਾਨੂੰ, ਉਹਦੇ 'ਚ ਵੀ ਸਾਡਾ ਕਸੂਰ ਨਹੀਂ ਹੈਗਾ, ਅਸੀਂ ਆਪਣੀ ਜਗ੍ਹਾ ਐਜ਼ ਏ ਪੇਰੈਂਟਸ ਤੁਸੀਂ ਬਿਲਕੁਲ ਠੀਕ ਹੋ, ਵੀ ਆਹ ਸਾਲ ਖਰਾਬ ਹੋ ਗਿਆ, ਅਗਲੇ ਦਾ ਫਿਰ ਕੀ ਕਰਾਂਗੇ, ਪੈਸਾ ਲੱਗਿਆ, ਫੀਸਾਂ ਲੱਗੀਆਂ, ਠੀਕ ਹੈ, ਅਤੇ ਉਹ ਸਾਰਾ ਕੁਛ ਕੀਤਾ, ਕੀ ਕਰਾਂਗੇ, ਤੁਸੀਂ ਐਜ਼ ਏ ਪੇਰੈਂਟਸ ਬਿਲਕੁਲ ਠੀਕ ਹੋ, ਇਹ ਸਾਨੂੰ
ਲੋਕਾਂ ਨੇ ਪ੍ਰੋਗਰਾਮ ਕੀਤਾ, ਇਹ ਸਾਨੂੰ ਸਮਾਜ ਨੇ ਪ੍ਰੋਗਰਾਮ ਕੀਤਾ। ਫਿਨਲੈਂਡ ਨੰਬਰ 1 ਹੈ ਐਜੂਕੇਸ਼ਨ 'ਚ। ਦੇ ਨੈਵਰ ਸੈਟ, ਦੇ ਨੈਵਰ ਫੋਰਸ ਦੀਅਰ ਕਿਡਸ, ਦੀਅਰ ਚਾਈਲਡਸ ਟੂ ਗੋ ਟੂ ਸਕੂਲ। ਆਫਟਰ ਦਾ ਏਜ ਆਫ 7-8 ਬੱਚਾ ਡਿਸਾਈਡ ਕਰਦਾ ਕਿ ਆਈਲ ਗੋ। ਉਹ ਸਿਰਫ ਉਹਨੂੰ ਮਾਹੌਲ ਦਿੰਦੇ। ਐਜੂਕੇਸ਼ਨ 'ਚ ਨੰਬਰ 1 ਕੰਟਰੀ ਹੈ, ਤੁਸੀਂ ਗੂਗਲ ਕਰਕੇ ਸਰਚ ਕਰ ਸਕਦੇ। ਇੰਡੀਆ ਦੇ ਵਿੱਚ ਅੱਗੇ ਗੁਰੂਕੁਲ ਹੁੰਦਾ ਸੀ, ਜਿਹਦੇ 'ਚ ਇਹ ਸੇਮ ਚੈਪਟਰ ਲਾਗੂ ਹੁੰਦਾ ਸੀ। ਠੀਕ ਹੈ, ਹੁਣ ਅਸੀਂ ਜਿਹੜੇ ਪੇਰੈਂਟਸ ਹੈਗੇ ਹੈ, ਸਾਨੂੰ ਸੋਸਾਇਟੀ ਨੇ, ਸਾਨੂੰ ਸੋਸ਼ਲ ਜੋ ਕਸਟਮਸ ਹੈਗੇ ਹੈ ਇਸ ਟਾਈਮ ਪ੍ਰੈਜੈਂਟਲੀ ਜੋ ਚੱਲ ਰਹੇ ਹੈ ਸਮਾਜ ਦੇ ਵਿੱਚ, ਅਸੀਂ ਉਹਨਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਚੁੱਕੇ ਹਾਂ। ਉਹ ਪ੍ਰਭਾਵ 'ਚ ਆ ਕੇ ਅਸੀਂ ਬਹੁਤ ਸੀਆਂ ਚੀਜ਼ਾਂ ਨੂੰ, ਬੱਚੇ ਦੀ ਅਸੀਂ ਪਰਵਰਿਸ਼, ਬੱਚੇ ਦੀ ਲਾਈਫ ਨੂੰ ਅਸੀਂ ਅਸਾਈਡ ਕਰਤਾ, ਅਸੀਂ ਉਹਦੀ ਇੱਕੋ ਲਾਈਫ 'ਤੇ ਨਜ਼ਰ ਮਾਰਤੀ। ਨੰਬਰ ਸਕਸੈਸ, ਨੰਬਰ ਸਕਸੈਸ। ਅਸੀਂ ਤੁਹਾਡੇ ਬਿਲਕੁਲ, ਮੈਂ ਛੋਟੇ ਜਿਹੇ ਪੁਆਇੰਟ 'ਤੇ ਆ ਰਿਹਾ, ਮੈਂ ਇਹ ਕਹਿ ਰਿਹਾ ਕਿ ਉਹ ਜਿਹੜਾ ਪੁਆਇੰਟ ਹੈਗਾ ਉਹ ਇੱਕ ਬਹੁਤ ਛੋਟਾ ਜਿਹਾ ਪੁਆਇੰਟ ਹੈ। ਉਹ ਪੁਆਇੰਟ ਤਾਂ ਉਹ ਕਦੀ ਵੀ ਕਵਰ ਕਰ ਲਏਗਾ, ਹੋ ਸਕਦਾ ਨਾ ਵੀ, ਚਲੋ ਆਪਾਂ 2 ਮਿੰਟ ਲਈ ਡਿਸਕਸ ਕਰ ਲਈਏ ਕਿ ਉਹ ਪੜ੍ਹੇਗਾ ਨਹੀਂ ਜਾਂ ਉਹ ਫੇਲ ਹੋ ਗਿਆ, ਅਗਲੀ ਵਾਰ ਵੀ ਫੇਲ ਹੋ ਜਾਏਗਾ। ਪਰ ਮੇਰਾ ਐਕਸਪੀਰੀਅੰਸ ਇਹ ਕਹਿੰਦਾ ਹੈਗਾ, ਜੇ ਤੁਹਾਡਾ ਥੜਾ ਮਜ਼ਬੂਤ ਹੈਗਾ, ਇੱਕ ਵਾਰ ਬਣ ਗਿਆ, ਬੱਚਾ ਆਪਣੇ ਤੋਂ ਜ਼ਿਆਦਾ ਸਿਆਣਾ ਹੁੰਦਾ, ਕਹਿੰਦਾ ਨਹੀਂ ਪਾਪਾ ਦੀ ਪਿੱਠ ਨਹੀਂ ਲੱਗਣ ਦੇ, ਮੈਂ ਨਿਆਣੇ ਨੂੰ ਜਾਣਦਾ ਹੈ। ਜਿਹੜੇ ਇੱਕ ਵਾਰ ਤੁਹਾਡੇ ਨਾਲ ਜੁੜ ਗਏ, ਫਿਰ ਉਹ ਕਹਿੰਦੇ ਨਹੀਂ ਮਾਤਾ ਨੂੰ ਹੁਣ ਸਕੂਲ ਜੇ ਲੈ ਕੇ ਜਾਊਂਗਾ ਪਿੱਠ ਨਹੀਂ ਲੱਗਣ ਦੇਣੀ। ਪਰ ਜੇ ਬੱਚਿਆਂ ਨੂੰ ਫੋਰਸ ਤੁਸੀਂ ਕਰ ਦਿੰਦੇ, ਮੈਂ ਤੁਹਾਨੂੰ ਇੱਕ ਇੱਥੇ ਕਿਹਾ ਕਿਹੜਾ ਸੈਕਟਰ ਹੈਗਾ 48, ਅਸੀਂ ਕਦੀ ਫੋਰਸਿੰਗ ਤੇ ਤੁਹਾਨੂੰ, ਅਸੀਂ ਕਦੀ ਇਹਨੂੰ, ਆ ਜਿਹੜਾ ਤੁਹਾਡੇ ਅੰਦਰ ਚੱਲ ਰਹੀ ਨਾ ਤਾਰ, ਇਹਨੂੰ ਬੰਦ ਕਰਨਾ। ਜਿਹੜੀ ਤੁਹਾਨੂੰ ਵੀ ਤੰਗ ਕਰੇਗੀ ਉਹਨੂੰ ਵੀ ਤੰਗ ਕਰੇਗੀ। ਤੁਸੀਂ ਉਹਦੀ ਕਾਮਯਾਬੀ ਦੇ ਅਲੱਗ ਅਲੱਗ ਪੈਰਾਮੀਟਰ ਦੇਖੋ। ਕੀ ਤੁਸੀਂ ਉਹਦੀ ਖੁਰਾਕ ਦੇਖਦੇ ਹੋ? ਕੀ ਤੁਸੀਂ ਉਹਦਾ ਸਰੀਰ ਦੇਖਦੇ ਹੋ? ਕੀ ਤੁਸੀਂ ਉਹਦਾ ਬ੍ਰੇਨ ਦੇਖਦੇ ਹੋ? ਕੀ ਤੁਸੀਂ ਉਸਨੂੰ ਆਕਸੀਜਨ ਫੁੱਲ ਕਰਦੇ ਹੋ ਹਫ਼ਤੇ 'ਚ? ਕੀ ਤੁਸੀਂ ਉਹਨੂੰ ਲੈ ਕੇ ਮਿੱਟੀ 'ਚ ਖੇਲਦੇ ਹੋ? ਕੀ ਤੁਸੀਂ ਉਹਨੂੰ ਲੈ ਕੇ ਹਫ਼ਤੇ 'ਚ ਇੱਕ ਵਾਰ ਇੱਧਰ ਨੂੰ ਪਹਾੜ ਨੂੰ ਚੜ੍ਹ ਕੇ ਕਹਿੰਦੇ ਪੁੱਤ ਲੈ ਲੰਬੇ ਲੰਬੇ ਸਾਹ, ਕੀ ਤੁਸੀਂ ਦਿੰਦੇ ਹੋ? ਕੀ ਤੁਸੀਂ ਉਹਨੂੰ ਹਫ਼ਤੇ 'ਚ ਇੱਕ ਵਾਰ ਪਹਾੜਾਂ ਦਾ ਜਾਂ ਨੈਚੁਰਲ ਸੋਰਸ ਦਾ ਪਾਣੀ ਪਿਲਾਉਂਦੇ ਹੋ? ਹੈਲੋ, ਕੀ ਤੁਸੀਂ ਉਹਦੀ ਬਾਡੀ 'ਚ ਮਿੱਟੀ ਟੱਚ ਕਰਾਉਂਦੇ ਹੋ? ਕੀ ਤੁਸੀਂ ਉਸਨੂੰ ਇਹ ਕਹਿੰਦੇ ਕਿ ਇੱਕ ਮਿੰਟ ਆਪਾਂ ਸਾਰੇ ਜਣੇ ਨੇ 10 ਮਿੰਟ ਲਈ ਸ਼ਾਂਤ ਬੈਠੇ ਤਾਂ ਕਿ ਖਾਲੀ ਹੋ ਜਾਏ? ਕੀ ਤੁਸੀਂ ਨੋਇੰਗਲੀ ਉਹਨੂੰ ਕਹਿੰਦੇ ਪੁੱਤ ਆਪਾਂ ਅੱਜ ਨਾ ਸੂਰਜ 'ਚ ਬੈਠਣਾ ਥੋੜ੍ਹੀ ਦੇਰ? ਹੈਲੋ, ਕੀ ਤੁਸੀਂ ਉਹਨਾਂ ਨੂੰ ਕਹਾਣੀਆਂ ਸੁਣਾਉਂਦੇ ਹੋ, ਰਾਜਿਆਂ ਦੀਆਂ, ਰਾਣੀਆਂ ਦੀਆਂ, ਕਾਮਯਾਬ ਬੰਦਿਆਂ ਦੀਆਂ, ਬਿਲ ਗੇਟ ਦੀ, ਅੰਬਾਨੀ ਦੀ, ਕੀ ਤੁਸੀਂ ਕਹਾਣੀਆਂ ਸੁਣਾਉਂਦੇ ਹੋ? ਕੀ ਤੁਸੀਂ ਉਹਨੂੰ ਇੱਥੇ ਬਿਠਾ ਕੇ ਗੱਲਾਂ ਕਰਦੇ ਹੋ? ਹੈਲੋ, ਮੈਂ ਤੁਹਾਨੂੰ ਉਹ ਪੁਆਇੰਟ ਦੱਸ ਰਿਹਾ ਜਿਹੜੇ ਮਿਸਿੰਗ ਹੈ। ਉਹਦੀ ਆਜ ਤਾਂ ਮੇਨ ਅਟੈਚਮੈਂਟ ਹੈਗੀ ਉਹਦੀ, ਉਹ ਮੇਨ ਨਾਲ ਸਾਰੀ ਗੱਲਾਂ ਕਰਦਾ ਸਰ। ਦੋਨੋਂ 'ਚ ਇੱਕ ਗੱਲ ਸੱਚ ਹੋ ਸਕਦੀ ਹੈ, ਅਗਰ ਇਹ ਸਭ ਕੁਝ ਸੱਚ ਹੈ
ਫਿਰ ਉਹ ਪ੍ਰੋਬਲਮ ਇੱਥੇ ਆ ਨਹੀਂ ਸਕਦੀ। ਬਟ ਉਹਦੀ ਇੱਕ ਪ੍ਰੋਬਲਮ ਹੈ ਸਰ, ਪ੍ਰੋਬਲਮ ਇਹ ਦੱਸ ਰਹੀ ਹੈ ਮੈਂ ਕਿ ਜਿਹੜੀ ਉਹਦੀਆਂ, ਪਰ ਇਹ ਚੀਜ਼ਾਂ ਨਹੀਂ ਹੈ ਕਿ ਅਸੀਂ ਉਹਨੂੰ ਚਲੋ ਕਿਤੇ ਹਰ ਹਫ਼ਤੇ ਲੈ ਕੇ ਜਾਂਦੇ ਜਾਂ ਇਹ ਚੀਜ਼, ਕਿਉਂਕਿ ਇਹ ਨਹੀਂ ਜਾਂਦੇ ਤਾਂ ਫਿਰ ਸਾਡੇ ਤੋਂ ਵੀ ਨਹੀਂ ਜਾ ਹੁੰਦਾ। ਠੀਕ ਹੈ ਸਰ, ਪਰ ਇੱਕ ਗੱਲ ਇਹ ਹੈ ਕਿ ਜਿਹੜੀ ਉਹ ਆਪਣੀ ਡਿਸਕਸ ਹੁੰਦੀ ਨਾ, ਉਹ ਸਾਰੀ ਸ਼ੇਅਰ ਕਰਦਾ ਸਰ, ਕੰਮ ਪੂਰੇ ਕਰੂਗਾ, ਸ਼ੇਅਰ ਜਿਵੇਂ ਡਿਸਕਸ ਪੂਰੀ ਹੈ, ਮਮਾ ਇਹ ਹੋਗਾ, ਸ਼ੇਅਰ ਸਾਰੀ ਕਰਦਾ ਸਰ, ਕੋਈ ਗੱਲਬਾਤ ਪੂਰੀ ਕਰੂਗਾ। ਕਿਤੇ ਨਾ ਕਿਤੇ ਜਿਹੜਾ ਫੋਲਟ ਹੈ, ਠੀਕ ਹੈ, ਉਹ ਫੋਲਟ ਤੱਕ ਮਤਲਬ ਉਹਦੇ ਡਿਸੀਜਨ ਲੈਣ ਤੱਕ ਹੈ ਨਾ, ਵੀ ਉਹ ਡਿਸੀਜਨ ਜਿਹੜਾ ਤੁਸੀਂ ਡਿਸੀਜਨ ਚਾਹ ਰਹੇ ਹੋ ਨਹੀਂ ਲੈ ਹੋ ਰਹੇ, ਨਹੀਂ ਲੈ ਰਹੇ, ਹਾਂ ਇੱਥੇ ਤੱਕ ਹੈ ਨਾ ਫੋਲਟ। ਹਾਂਜੀ ਇਹੀ ਹੈ ਬਸ। ਮੈਂ ਇਹ ਕਹਿ ਰਿਹਾ ਕਿ ਮੰਨ ਲਓ 10 ਚੀਜ਼ਾਂ ਹੈ, ਫੋਲਟ ਇੱਕ ਜਗ੍ਹਾ ਹੈ, ਨੌ ਨੂੰ ਭਰ ਦਿਓ। ਇੱਕ ਮੇਰਾ ਇਹ ਤਜਰਬਾ ਕਹਿੰਦਾ ਕਿ ਇਹਦੇ 'ਤੇ ਫੋਕਸਿੰਗ ਬੰਦ ਕਰ ਦਿਓ, ਮੇਰਾ ਐਕਸਪੀਰੀਅੰਸ ਕਹਿੰਦਾ, ਨੌ ਨੂੰ ਫੁੱਲਫਿਲ ਰੱਖੋ ਔਰ ਆਪੇ ਭਰ ਜਾਏਗੀ। ਮੈਂ ਤੁਹਾਡੇ ਨਿਆਣੇ ਲਈ ਕਦੀ ਬੁਰਾ ਨਹੀਂ ਚਾਹੂੰਗਾ, ਮੈਂ ਆਪਣੇ ਨਿਆਣੇ ਪਾਲ ਕੇ ਆਇਆ, 4 ਪਾਲ ਕੇ ਆਇਆ। ਕਿਸੇ ਵਕਤ ਸ਼ੁਰੂ 'ਚ ਮੈਨੂੰ ਲੋਕਾਂ ਨੇ ਡਿਨਾਈ ਕੀਤਾ ਸੀ ਕਿ ਤੇਰਾ ਜਿਹੜਾ ਰਸਤਾ ਹੈ ਉਹ ਗਲਤ ਹੈ, ਕਿਉਂਕਿ ਮੈਂ ਮਾਨਵ ਮੰਗਲ 'ਚ ਪੜ੍ਹਾਏ ਨਿਆਣੇ ਇੱਥੇ 10 ਫੇਸ 'ਚ। ਹਾਂਜੀ, ਉਹ ਸਭ ਤੋਂ ਪਹਿਲਾਂ ਜਿਹੜਾ ਅਪੋਜ਼ ਆਇਆ ਸੀ ਮੇਰੀ ਫੈਮਿਲੀ 'ਚੋਂ ਕਿਸੇ ਬੰਦੇ ਦਾ ਆਇਆ ਸੀ ਕਿ ਯੂ ਆਰ ਡੂਇੰਗ ਦਾ ਬਲੰਡਰ ਆਫ ਯੂਰ ਲਾਈਫ, ਬਿਕੋਜ਼ ਵੀ ਵਰ ਲਿਵਿੰਗ ਇਨ ਖਰੜ, ਦਾ ਸਕੂਲ ਵਾਜ਼ ਇਨ ਮੋਹਾਲੀ। ਠੀਕ ਹੈ, ਉਹ 4th-5th ਕਲਾਸ ਦੇ ਮੇਰੇ ਬੱਚੇ ਸੀ, ਪਰ ਤੂੰ ਉਹਨਾਂ ਨੂੰ ਇੰਨੇ ਪੈਸੇ ਵੀ ਖਰਾਬ ਕਰ ਰਿਹਾ ਔਰ ਉਹਨਾਂ ਨੂੰ ਤੂੰ ਮੋਹਾਲੀ ਭੇਜ ਰਿਹਾ, ਜਿੱਥੇ ਕਿ ਜਾਣ 'ਚ ਅੱਧਾ ਪੌਣਾ ਘੰਟਾ ਤਾਂ ਸਵੇਰੇ ਉੱਠਦੇ ਆ, ਘੰਟੇ ਸਵਾ ਘੰਟੇ ਬਾਅਦ ਤੋਂ ਸਕੂਲ ਪਹੁੰਚਦੇ ਆ, ਫਿਰ ਛੁੱਟੀ ਤੋਂ ਬਾਅਦ ਘੰਟੇ ਡੇਢ ਘੰਟੇ ਬਾਅਦ ਉਹ ਘਰ ਪਹੁੰਚਦੇ ਆ, ਔਰ ਹਾਲਾਤ ਇੰਨੇ ਖਰਾਬ ਹੈ ਤਾਂ ਮੁੰਡਾ ਵੀ ਗਵਾ ਲੈਣਾ, ਕੁੜੀ ਵੀ ਗਵਾ ਲੈਣੀ ਉੱਥੋਂ।